السلام عليكم ورحمة الله وبركاته. هلو هاي كيف حالك يا حاضر؟ ਜਿਹੜਾ ਕਿ ਤੁਸੀਂ ਕਿਹਾ ਕਿ ਇਹਨਾਂ ਤੋਂ ਠੀਕ ਠਾਕ ਹਾਂ, ਅਸੀਂ ਵੀ ਠੀਕ ਠਾਕ ਹਾਂ। ਅਤੇ ਮੈਂ ਬਣਾ ਰਹੀ ਹਾਂ ਅੱਜ ਆਲੂ ਗਾਜਰਾਂ। ਦੇਖੋ ਨਾਨੀ ਤੁਹਾਨੂੰ ਪਿਆਜ਼ ਕੱਟ ਕੇ ਰੱਖਿਆ, ਤਾਂ ਤਾਂ ਬਰਾਉਣ ਕਰਨ ਉਹ ਹੁੰਦਾ ਪਿਆ। ਤਾਂ ਇੱਧਰ ਮੈਂ ਆਲੂ ਗਾਜਰਾਂ ਟਮਾਟਰ ਸੋਸ ਮਿਰਚਾਂ ਮਿਰਚਾਂ ਇੱਧਰ ਮੈਂ ਕਰ ਰਹੀ ਹਾਂ ਬਰਾਉਣ ਪਿਆਜ਼। ਮੈਂ ਜਾਣਾ ਆਪਣੀ ਅੰਮੀ ਦੇ ਕੋਲ, ਮੰਮੀ ਮੇਰੀ ਸੁਖਰੀ ਆ ਜੀ ਸੀ ਠੀਕ ਮੇਰਾ ਪਤਾ ਬਣ ਜਾ, ਅਤੇ ਅੱਜ ਮੈਂ ਕਿਹਾ ਵੀਡੀਓ ਜਾਂਦੀ ਜਾਂਦੀ ਕਰਾ ਕੇ ਜਲਦੀ ਜਲਦੀ ਸਿੱਟ ਜਾਵਾਂ ਅਤੇ ਆਪਣੀ ਕੈਸ਼ ਕੁਸ਼ ਕਰ ਕੇ ਫੜ ਫੁੜ ਕੇ ਰੱਖ ਲੈਣਗੇ ਮੇਰੇ ਰਾਈਸ ਅਤੇ ਦੇਖ ਲਾਂਗੇ। ਮੈਂ ਬਣਾ ਲੈਂਦੀ ਅਤੇ ਮੈਂ ਚਲਾਉਣਾ ਗਾ ਅਤੇ ਮੈਂ ਸਾਰੀ ਚਲਾ ਰਹੀ ਕਰਦਾ ਹਾਂ। ਆਲੂ ਗਾਜਰਾਂ ਸਾਲਣ ਦੇ ਤਿਆਰ ਹੋ ਗਿਆ, ਬਣ ਗਿਆ। ਮੈਂ ਇਹਦੇ ਵਿੱਚ ਹੁਣ ਕੁਛ ਮੇਥੀ ਵੀ ਪਾ ਦੇ ਅਤੇ ਧਨੀਆ ਸੋਸ ਪਾ ਲਿਆ ਮਸਾਲਾ। ਅਤੇ ਵਿੱਚ ਮੇਥੀ ਦੀ ਖੁਸ਼ਬੂ ਬਹੁਤ ਮਜ਼ੇਦਾਰ ਹੁੰਦੀ ਹੈ, ਸਾਲਣ ਬਣਿਆ ਹੋਇਆ ਸਵਾਦੀ ਜਿਹਾ ਲੱਗਦਾ। ਖੁਸ਼ਕ ਮੇਥੀ ਜ਼ਰੂਰ ਪਾਇਆ ਕਰੋ ਸਾਡੀ ਵੀਡੀਓ ਨੂੰ, ਤੁਸੀਂ ਲਾਇਕ ਕਰੋ, ਕਮੈਂਟ ਕਰੋ, ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਅਤੇ ਹੁਣ ਦਿਓ ਇਜਾਜ਼ਤ, ਕੱਲ੍ਹ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮੁਲਾਕਾਤ ਕਰਾਂਗੇ। ਕੱਲ੍ਹ ਤੱਕ ਲਈ ਇਜਾਜ਼ਤ ਦੀਜੀਏ। ਅੱਲਾਹ ਹਾਫਿਜ਼।